ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ ਜਿਸ ਦੇ ਵਿੱਚ ਅਪਰਾਧਿਕ ਮਾਮਲਿਆਂ 'ਚ ਫਰਜ਼ੀ ਜ਼ਮਾਨਤੀ ਬੌਂਡ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਹੈ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸੂਬੇ ਵਿੱਚ ਇੱਕ ਹਾਈ ਪ੍ਰੋਫਾਈਲ ਗਿਰੋਹ ਚੱਲ ਰਿਹਾ ਜੋ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਫਾਇਦਾ ਪਹੁੰਚਾਉਣ ਲਈ ਅਪਰਾਧਿਕ ਮਾਮਲਿਆਂ ਵਿੱਚ ਝੂਠੀ ਜ਼ਮਾਨਤੀ ਬੌਂਡ ਦੇਣ ਦਾ ਕੰਮ ਕਰ ਰਿਹਾ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਇੱਕ ਗਿਰੋਹ ਅਦਾਲਤ ਵਿੱਚ ਜਾਲੀ ਜ਼ਮਾਨਤ ਵਜੋਂ ਆਈਡੀ ਕਾਰਡ, ਆਧਾਰ ਕਾਰਡ, ਸਟੈਂਪ ਵਰਗੇ ਝੂਠੇ ਜਾਲੀ ਦਸਤਾਵੇਜ਼ ਪੇਸ਼ ਕਰਦਾ ਸੀ। ਪੁਲਿਸ ਨੇ ਡੂੰਘਾਈ ਨਾਲ ਤਫਤੀਸ਼ ਕਰਨ ਤੋਂ ਬਾਅਦ 7 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹਨਾਂ ਮੁਲਜ਼ਮਾਂ ਕੋਲੋਂ 122 ਜਾਲੀ ਆਧਾਰ ਕਾਰਡ, 43 ਜਾਲੀ ਜ਼ਿਲ੍ਹਾ ਲੰਬੜਦਾਰ ਕਾਰਡ, 15 ਤਹਿਸੀਲਦਾਰ ਅਤੇ ਲੰਬੜਦਾਰ ਦੇ ਜਾਲੀ ਸਟੈਂਪ ਅਤੇ 35 ਫਰਦਾਂ ਸਮੇਤ ਵੱਡੀ ਗਿਣਤੀ 'ਚ ਜਾਲੀ ਦਸਤਾਵੇਜ਼ ਬਰਾਮਦ ਕੀਤੇ ਨੇ। ਇਹ 7 ਬੰਦੇ ਗ੍ਰਿਫਤਾਰ ਕੀਤੇ ਗਏ ਹੈ ਜੀ, 2 ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਅਤੇ 5 ਜਿਹੜੇ ਹੈ ਉਹ ਜਲੰਧਰ ਦੇ ਰਹਿਣ ਵਾਲੇ। 25 ਤੋਂ 40 ਸਾਲ ਦੀ ਏਜ ਗਰੁੱਪ ਹੈ ਇਹਨਾਂ ਦਾ। 9 FIR ਪਹਿਲਾਂ ਹੀ ਦਰਜ ਇਹਨਾਂ 'ਤੇ ਅਤੇ ਪਿਛਲੇ 6 ਮਹੀਨਿਆਂ ਤੋਂ ਕਾਫੀ ਐਕਟਿਵ ਸੀਗੇ। ਇਹ ਪਰਟੀਕੁਲਰ ਕੰਮ ਜਿਹੜਾ ਮੈਂ ਬਰੀਫ ਕਰ ਰਿਹਾ 10 ਸਾਲ ਤੋਂ ਕਰ ਰਿਹਾ, 6 ਮਹੀਨੇ ਤੋਂ ਕਾਫੀ ਐਕਟਿਵ ਸੀਗੇ। ਇਹਨਾਂ ਦਾ ਬੇਸਿਕ ਕੰਮ ਸੀਗਾ ਕੋਰਟ ਵਿੱਚ ਜਾਲੀ ਜ਼ਮਾਨਤਾਂ ਕਰਾਉਣਾ। ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ 55 ਇੱਦਾਂ ਦੇ ਕੇਸ ਸਾਹਮਣੇ ਆਏ ਜਿੱਥੇ ਇਹਨਾਂ ਨੇ ਜਾਲੀ ਜ਼ਮਾਨਤਾਂ ਕਰਾਈਆਂ। ਜ਼ਿਆਦਾਤਰ ਜਿਹੜੇ ਕੇਸਿਸ ਹੈ ਉਹ NDPS ਦੇ ਥੈਫਟ ਕੇਸਿਸ ਹੈ। 5 ਤੋਂ 10 ਹਜ਼ਾਰ ਰੁਪਏ ਲੈਂਦੇ ਸੀਗੇ ਇਹ ਜ਼ਮਾਨਤ ਕਰਾਉਂਦੇ ਅਤੇ ਦੇਵਰ ਐਕਟਿਵ ਇਨ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਐਂਡ ਅੰਮ੍ਰਿਤਸਰ। ਮੋਡਸ ਓਪਰੈਂਡੀ ਇਹ ਸੀਗਾ ਕਿ ਔਨਲਾਈਨ ਜਿਹੜਾ ਪੋਰਟਲ ਹੈ ਲੈਂਡ ਰਿਕਾਰਡਸ ਦਾ, ਉੱਥੋਂ ਰੈਂਡਮਲੀ ਇਹ ਫਰਦ ਦਾ ਨੰਬਰ ਚੱਕਦੇ ਸੀਗੇ। ਫਰਦ ਦਾ ਨੰਬਰ ਚੱਕ ਕੇ ਕਿਸੇ ਇਨਸਾਨ ਦਾ ਆਈਡੈਂਟੀ ਥੈਫਟ ਕਰਦੇ ਸੀਗੇ, ਜਾਲੀ ਆਧਾਰ ਕਾਰਡ ਬਣਾਉਂਦੇ ਸੀਗੇ ਅਤੇ ਉਸ ਆਧਾਰ ਕਾਰਡ 'ਤੇ ਬੇਸਿਸ 'ਤੇ ਇਹ ਅਟੈਸਟਿਡ ਫਰਦ ਓਰਿਜਨਲ ਨਿਕਲਵਾ ਲੈਂਦੇ ਸੀਗੇ ਸੇਵਾ ਕੇਂਦਰ ਤੋਂ। ਉਸਦੇ ਬੇਸਿਸ 'ਤੇ ਫਿਰ ਇਹ ਡਾਕੂਮੈਂਟੇਸ਼ਨ ਕਰਦੇ ਸੀਗੇ ਅਤੇ ਤਹਿਸੀਲਦਾਰ ਹੋ ਗਏ, ਪਟਵਾਰੀ ਹੋ ਗਏ, ਇਹਨਾਂ ਦੇ ਜਾਲੀ ਇਹਨਾਂ ਨੇ ਸਟੈਂਪਸ ਰੱਖੇ ਹੋਏ ਸੀਗੇ ਲੰਬੜਦਾਰਾਂ ਦੇ ਅਤੇ ਜਾਲੀ ਅਟੈਸਟੇਸ਼ਨ ਕਰਕੇ ਇਹ ਬੇਲ ਲਗਾ ਦਿੰਦੇ ਸੀਗੇ, ਬੇਲ ਹੋ ਜਾਂਦੀ ਸੀਗੀ। ਅਤੇ ਇਹਨਾਂ ਦੇ ਪੁਜੀਸ਼ਨ ਵਿੱਚੋਂ ਕੋਈ 122 ਦੇ ਕਰੀਬ ਜਾਲੀ ਆਧਾਰ ਕਾਰਡ ਮਿਲੇ, ਸਟੈਂਪਸ ਮਿਲੀਆਂ ਤਹਿਸੀਲਦਾਰ ਦੀ ਵੀ, ਲੰਬੜਦਾਰ ਦੀ, ਪਟਵਾਰੀਆਂ ਦੀਆਂ 15 ਦੇ ਕਰੀਬ, 41 ਆਈ ਕਾਰਡਸ ਮਿਲੇ ਹੈ ਤਹਿਸੀਲਦਾਰ ਅਤੇ ਲੰਬੜਦਾਰਾਂ ਦੇ, ਇੱਕ ਡੈਸਕਟੋਪ ਮਿਲਿਆ ਉੱਥੇ, ਕਾਫੀ ਉਹਦੇ 'ਚ ਕਾਫੀ ਡਾਟਾ ਅਤੇ ਫਰਦ ਮਿਲੀ ਹੈ ਜੀ 35 ਦੇ ਕਰੀਬ ਓਰਿਜਨਲ ਫਰਦਾਂ। ਇਹ ਤਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ, ਬਾਕੀ ਇਨਵੈਸਟੀਗੇਸ਼ਨ ਜਾਰੀ ਹੈ। ਜਿਵੇਂ ਸਾਨੂੰ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਇਹ 55 ਜ਼ਮਾਨਤਾਂ ਜਿਹੜੀ ਹੈ ਕੋਰਟ ਤੋਂ ਰਿਕਾਰਡ ਨਿਕਲਵਾ ਕੇ ਫਿਰ ਕੰਸਰਨਡ ਸੈਸ਼ਨ ਜੱਜਸ ਨੂੰ ਲਿਖਿਆ ਜਾਏਗਾ ਕਿ ਇਹਨਾਂ ਜ਼ਮਾਨਤਾਂ ਜਿਹੜੀਆਂ ਕੈਂਸਲ ਕੀਤੀਆਂ। ਟਾਰਗੇਟ ਇਹਨਾਂ ਨੇ ਬੰਦੇ ਛੱਡੇ ਹੋਏ ਸੀਗੇ ਜਿਹੜੇ ਕੋਰਟ ਕੰਪਲੈਕਸ ਘੁੰਮਦੇ ਰਹਿੰਦੇ ਆ, ਕਿਸੇ ਨਾ ਕਿਸੇ ਨੂੰ ਪੁੱਛ ਕੇ, ਜਿਵੇਂ ਤੁਹਾਨੂੰ ਤੁਸੀਂ ਖੜੇ ਹੋ, ਤੁਹਾਨੂੰ ਬੰਦੇ ਕਹਿ ਦਿੰਦੇ ਕਿ ਸਾਨੂੰ ਜ਼ਮਾਨਤੀ ਦੀ ਜ਼ਰੂਰਤ ਹੈ, ਸਾਨੂੰ ਲੱਭ ਨਹੀਂ ਰਿਹਾ ਕੋਈ ਜ਼ਮਾਨਤੀ, ਤੇ ਉਹਨਾਂ ਨੂੰ ਟਾਰਗੇਟ। ਕਿਆ ਵਕੀਲਾਂ ਦੇ ਨਾਲ ਵੀ ਇਹਨਾਂ ਦਾ ਕੋਈ ਰਾਬਤਾ ਸੀ? ਇਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਤਾਂ ਨਹੀਂ ਹੈ, ਬਟ ਇਨ ਕੋਰਸ ਆਫ ਇਨਵੈਸਟੀਗੇਸ਼ਨ ਕੋਈ ਆਏਗਾ ਤਾਂ ਮੈਂ ਤੁਹਾਨੂੰ। ਜਲੰਧਰ 'ਚ ਜ਼ਮਾਨਤਾਂ ਕਰਦੇ ਸੀ ਜਾਂ ਹੋਰ ਵੀ ਜਗ੍ਹਾ 'ਤੇ ਜਾ ਕੇ? ਹੁਸ਼ਿਆਰਪੁਰ ਹੋ ਗਿਆ, ਨਵਾਂਸ਼ਹਿਰ ਹੋ ਗਿਆ, ਅੰਮ੍ਰਿਤਸਰ ਦੀ ਕਾਫੀ ਹੈ, ਕਪੂਰਥਲਾ। ਆਲਮੋਸਟ ਸੇਮ ਧਾਰਾ ਹੈ, ਇਹ ਗਰੁੱਪ ਪਹਿਲਾਂ ਵੀ ਕੰਮ ਕਰਦਾ ਸੀਗਾ। ਹਾਂ, ਫਰਜ਼ੀਵਾੜੇ ਦਾ ਕੁਛ ਐਡ ਆਨ ਹੋ ਗਏ ਬੰਦੇ, ਕੁਛ ਨਿਕਲ ਗਏ, ਇੱਦਾਂ ਦਾ ਨੈਟਵਰਕ ਹੋਰ ਵੀ ਹੋ ਗਿਆ। ਆਧਾਰ ਕਾਰਡ ਬਣਾਏ ਜਾਂਦੇ ਨੇ, ਆਧਾਰ ਕਾਰਡ ਆਮ ਬੰਦੇ ਦਾ ਉਹਦਾ ਬੰਦਾ ਨਹੀਂ ਹੈ, ਇਹਨਾਂ ਨੇ ਕਿੱਦਾਂ ਆਧਾਰ ਕਾਰਡ ਹੈ ਕਿ ਔਨਲਾਈਨ ਸਰਚ ਕਰਕੇ ਕਰਦੇ ਸੀਗੇ ਕਿ ਪ੍ਰਿੰਟ ਲੈ ਲਿਆ, ਉਹਦੇ 'ਚ ਆਪਣੀ ਫੋਟੋ ਲਗਾ ਲਈ ਅਤੇ ਉਹਨੂੰ ਲੈਮੀਨੇਟ ਕਰਦੇ ਆ।
ਤੇ ਕੁਝ ਲੂਪ ਹੋਲਸ ਹੈ ਉਹ ਪਲੱਗ ਕਰਨ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਸਰ ਕੋਈ ਸਰਕਾਰੀ ਮੁਲਾਜ਼ਮ ਵੀ ਹੈ? ਸਰਕਾਰੀ ਮੁਲਾਜ਼ਮ ਵੀ ਇਸ ਤੇ ਨਾਲ ਕੋਈ ਟਾਈਅਪ ਹੁਣ ਤੱਕ ਤਾਂ ਨਹੀਂ ਆਇਆ ਸਾਹਮਣੇ, ਆਊਗਾ ਤਾਂ ਤੁਹਾਨੂੰ ਦੱਸ ਦਿੱਤਾ। ਸਰ ਕੋਰਟ ਦੇ ਵਿੱਚ ਇਹਨਾਂ ਦੀ ਕੋਈ ਚੇਨ ਇਨਕਲੂਡਡ ਲੱਗ ਸਕਦਾ ਕਿ ਵਿੱਚ ਕੁਝ ਹੈ ਹੋਰ ਨਾਲ ਬੰਦੇ ਜਿਹੜੇ ਰਲੇ ਹੋਣ ਕੋਰਟ ਦੇ ਵਿੱਚੋਂ ਤਸੀਲ ਦੇ? ਇਟਸ ਮੈਟਰ ਆਫ ਇਨਵੈਸਟੀਗੇਸ਼ਨ, ਇਹ ਤਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ। ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜਾ ਫੈਕਚੁਅਲ ਨਾ ਹੋ, ਫੈਕਟ ਕੋਈ ਆਏਗਾ ਤੁਹਾਨੂੰ ਦੱਸ ਦਿੱਤਾ। ਠੀਕ ਹੈ, ਥੈਂਕ ਯੂ, ਥੈਂਕ ਯੂ ਸਰ।